ਕੇ ਜਿਹੜੇ ਬੰਦੇ ਬਾਹਰ ਤਸ਼ਰੀਫ ਫਰਮਾਏ ਉਹਨਾਂ ਨੂੰ ਪਤਾ ਚੱਲ ਜਾਵੇ ਕਿ ਮਜਲਿਸ ਪਾਕ ਸ਼ੁਰੂ ਹੋ ਚੁੱਕੀ ਹੈ। ਸਾਰੇ ਮਿਲ ਕੇ ਬੋਲੋ ਨਾਰੇ ਤਕਬੀਰ, ਨਾਰੇ ਤਕਬੀਰ, ਅੱਲਾਹੁ ਅਕਬਰ, ਨਾਰੇ ਰਿਸਾਲਤ ਯਾ ਰਸੂਲ ਅੱਲਾਹ, ਨਾਰੇ ਰਿਸਾਲਤ ਯਾ ਰਸੂਲ ਅੱਲਾਹ, ਨਾਰੇ ਹੈਦਰੀ, ਨਾਰੇ ਹੈਦਰੀ, ਹੁਸੈਨੀਅਤ ਜ਼ਿੰਦਾਬਾਦ, ਹੁਸੈਨੀਅਤ ਜ਼ਿੰਦਾਬਾਦ, ਯਜ਼ੀਦੀਅਤ ਮੁਰਦਾਬਾਦ, ਯਜ਼ੀਦੀਅਤ ਪਾਕ ਸੈਯਦਾਂ ਦੇ ਦੁਸ਼ਮਣ ਤੇ ਲਾਨਤ, ਪਾਕ ਸੈਯਦਾਂ ਦੇ ਦੁਸ਼ਮਣ ਤੇ ਲਾਨਤ, ਬਾਬਾ ਜ਼ੇ ਬੁਲੰਦ ਸਦਵਾ। ਹੁਣ ਤੁਹਾਡੇ ਸਾਹਮਣੇ ਫਰੂ ਜ਼ਾਕਰੀਨ ਬਹਿਰੁਲ ਮਸਾਇਬ ਜ਼ਾਕਰੀਆ ਲਿਬੈ ਜਨਾਬ ਮੀਸਮ ਅਬਾਦ ਸਾਹਿਬ ਆਪਣੇ ਮਖਸੂਸ ਅੰਦਾਜ਼ ਜ਼ਿਕਰੇ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮੈਸਨ ਮਿਲ ਕੇ ਸਲਵਾਤ ਬਾਬਾ ਜ਼ੇ ਬੁਲੰਦ ਸਲਵਾਤ
ਕਬੂਲਾ ਮਨਜ਼ੂਰ ਫਰਮਾਏ। ਜਿਤਨੇ ਵੀ ਮਜ਼ਲੂਮ ਕਰਬਲਾ ਦੇ ਅਜ਼ਾਦਾਰ ਤਸ਼ਰੀਫ ਫਰਮਾ ਹੋ, ਮੌਲਾ ਹੁਸੈਨ ਬਾਦਸ਼ਾਹ ਦੇ ਪੁੱਤਰਾਂ ਦਾ ਸਦਕਾ ਤੁਹਾਨੂੰ ਜਾ ਵਿਖਾਏ ਜਿੱਥੇ ਮਜ਼ਲੂਮ ਗੁਸਤਾ ਰਿਹਾ ਅਤੇ ਭੈਣ ਖੈਮੇ ਦੇ ਦਰ 'ਤੇ ਖਲੋ ਕੇ ਵੇਖਦੀ ਰਹੀ। ਸ਼ਕੀਲ ਭਾਈ ਅਜੇ ਵੀ ਉਹ ਜਾ ਉੱਚੀ ਹੈ ਜਿੱਥੇ ਭੈਣ ਖਲੋਤੀ ਰਹੀ, ਉਹ ਜਾ ਝਿੱਕੀ ਹੈ ਜਿੱਥੇ ਮਜ਼ਲੂਮ ਕਹਿੰਦਾ ਰਹੇ। ਅੱਲਾਹੁ ਅਕਬਰ। ਜਿਤਨਾ ਭਾਈ ਜਾਨ ਨੇ ਹੁਕਮ ਦਿੱਤੇ ਸੁਣਵਾਈ ਦੁਆ ਦੀ ਖਾਤਰ, ਮੁਸਾਹਿਬ ਦੇ ਦੋ ਜੁਮਲੇ ਪੜ੍ਹ ਕੇ ਮਿੰਬਰ ਵੀਰ ਦੇ ਹਵਾਲੇ, ਸ਼ਬੇ ਅਸ਼ੂਰ ਉਹ ਰਾਤ ਹੈ ਜਿਸ ਰਾਤ ਨੂੰ ਗਰੀਬ ਕਰਬਲਾ ਨੇ ਤਿਉਂ ਹੱਥਾਂ ਤਕਸੀਮ ਕੀਤਾ,
ਤਰੇ ਹਿੱਸੇ ਮੌਲਾ ਹੁਸੈਨ ਬਾਦਸ਼ਾਹ ਨੇ ਰਾਤ ਦੇ ਬਣਾਏ ਨੇ। ਇੱਕ ਹਿੱਸਾ ਆਪਣੇ ਅਸਹਾਬ ਦੇ ਨਾਲ ਗੁਫ਼ਤਗੂ ਦਾ, ਇੱਕ ਹਿੱਸਾ ਮਜ਼ਮੂਮ ਕਰਬਲਾ ਨੇ ਆਪਣੀ ਭੈਣ ਆਲੀਆ ਦੀ ਖਾਤਰ, ਜਿਹੜੀ ਆਦੀ ਆਈ ਵੀਰ ਕੱਲ੍ਹ ਤੋਂ ਇਤਨੀ ਇਬਾਦਤ ਖੁਦਾਵੰਦ ਮੁਤਾਲ ਦੀ ਅਲੀ ਦੇ ਪੁੱਤਰ ਕੀਤੀ। ਰਾਤ ਧੰਮਦੀ ਪਈ ਆ, ਨਾ ਧੰਮੇ ਆ ਰਾਤ, ਨਾ ਅਲੀ ਦੀਆਂ ਧੀਆਂ ਨੂੰ ਕੂਫਾ ਦੇ ਸ਼ਾਮ ਦੇ ਬਾਜ਼ਾਰ ਜਾਣਾ ਪਊ। ਹੋਰ ਆਪਣੇ ਖੈਮੇ 'ਚ ਨਿਕਲਿਆ, ਨਿਕਲ ਕੇ ਮੰਜ਼ਰ ਵੇਖਿਆ, ਆਦੇ ਹਰ ਪਾਸੇ ਸ਼ੋਰ ਹੈ ਜੋ ਫੌਜਾਂ ਆ ਰਹੀਆਂ, ਹਰ ਪਾਸੇ ਸ਼ੋਰ ਹੈ ਕਿ ਫਲਾਂ ਕਬੀਲੇ ਦਾ ਸਰਬਰਾ ਇਤਨੀ ਫੌਜ ਲੈ ਕੇ ਆ ਰਿਹਾ, ਫਲਾਂ ਕਬੀਲੇ ਦਾ ਸਰਬਰਾ ਇਤਨੀ ਫੌਜ ਲੈ ਕੇ ਆ ਰਿਹਾ। ਆਦੇ ਮੈਂ ਮੰਜ਼ਰ ਵੇਖਿਆ, ਮੇਰੀਆਂ ਹੰਝੂ ਵਸ ਪਈਆਂ ਹਨ, ਜਿਸ ਪਾਸੇ ਹਸਨ ਬਾਈ ਨਜ਼ਰ ਦੌੜਾਉਂਦਾ ਹੈ, ਆਦੇ ਕੋਈ ਤਲਵਾਰਾਂ ਤੇਜ਼ ਪਿਆ ਕਰਦਾ ਹੈ, ਕੋਈ ਤੀਰ ਸਾਫ਼ ਪਿਆ ਕਰਦਾ ਹੈ। ਔਰ ਆਦੇ ਮੈਂ ਉਮਰ ਸਾਹ ਦੇ ਖੈਮੇ ਦੇ ਕੋਲ ਆਇਆ, ਮੈਂ ਕਿਹਾ ਇੱਕ ਗੱਲ ਦੱਸਾਂ, ਜੋ ਇਤਨੀਆਂ ਤਿਆਰੀਆਂ ਪੇ ਕਰਦੇ ਹੋ, ਕਿਆ ਤੁਸੀਂ ਜੰਗ ਕਰਨੀ ਹੈ? ਆਦੇ ਜ਼ਰੂਰ ਕੱਲ ਜੰਗ ਹੋ ਸੀ, ਹੋਰ ਦਾ ਪੂਰਾ ਵਜੂਦ ਕੰਬਣ ਲੱਗ ਪਏ। ਆਦੇ ਦੱਸੋ ਜੰਗ ਹੋ ਸੀ? ਤਰੇ ਵਾਰੀ ਹੋਰ ਪੁੱਛਿਆ ਹੈ ਉਮਰ ਸਾਹਿਬ, ਆਦੇ ਹੋ ਸੀ ਜੰਗ? ਤਨ ਕਿਸੇ ਗੱਲ 'ਤੇ ਯਕੀਨ ਕਿਉਂ ਨਹੀਂ ਆਉਂਦਾ? ਚੌਥੀ ਵਾਰੀ ਹੋਰ ਆਦਾ, ਇੱਕਾ ਗੱਲ ਦੱਸੋ, ਜੰਗ ਹੋ ਸੀ ਜਾਂ ਕੋਈ ਨਾ, ਤੇਰੀ ਬੇਵਸਾਇ ਨਿਕਲ ਸੀ ਉਮਰ ਸਾਹਿਬ ਆਦੇ ਲਿਖਵਾ ਲੈ, ਕੱਲ ਜੰਗ ਵੀ ਹੋ ਸੀ ਤੇ ਹੁਸੈਨ ਦੀਆਂ ਭੈਣੀ ਕੈਦ ਵੀ ਹੋ ਸਣ। ਅੱਲਾਹ ਅਕਬਰ, ਹਾਏ ਤੇਰੇ ਵਸ ਦੇ ਵਿੱਚ, ਹਾਏ ਕਰੀ ਮਤ ਪਾਸੇ ਨਾਲ ਤੇਰਾ ਚੌਥਾ ਇਮਾਮ ਰੱਥ ਰੋਂਦਾ ਪਿਆ ਹੋਵੇ। ਹਾਂਜੋ ਬੀਬੀ ਅਤਾ ਕਰਦੀ ਹੈ, ਜਿਹੜੀ ਸ਼ਾਮ ਦਾ ਸਫ਼ਰ ਕਰਕੇ ਪਰਦਾਦਾਰਾਂ ਚ ਆ ਕੇ ਬਹਿ ਵੈਂਦੀ ਹੈ। ਹੰਜ ਮੁਕੱਦਰ ਦੀ ਬਾਤ ਹੈ। ਔਰ ਆਦਾ ਇੱਕ ਗੱਲ ਯਾਦ ਰੱਖਿਆ ਹੈ, ਮੈਂ ਕੋਈ ਆਮ ਸਿਪਾਹੀ ਨਹੀਂ, ਮੈਂ ਫੌਜ ਦਾ ਜਰਨੈਲ ਹਾਂ। ਮੇਰੀ ਗੱਲ ਯਾਦ ਰੱਖਿਆ ਹੈ, ਤੁਹਾਨੂੰ ਮਾਣੇ ਇਸ 9 ਲੱਖ ਫੌਜ 'ਤੇ ਮੈਂ ਅੱਜ ਵੀ ਦੱਸਦਾ ਪਿਆ ਇਹਨੇ, ਉਹਨਾਂ ਦਾ ਇੱਕੋ ਆਵਾਸ ਤੁਹਾਡੀ 9 ਲੱਖ ਤੋਂ ਬਾਹਰ ਆਏ। ਹੋਰ ਆਦੇ ਅਜੇ ਵੀ ਬਾਜ਼ ਆ ਜਾਓ, ਜੰਗ ਨਾ ਕਰੋ। ਆਪਣੇ ਖੈਮੇ 'ਚ ਵਲਿਆ, ਖੈਮੇ ਦਾ ਲੜਾ ਡੈਸ ਨਾ ਜੋ ਧੀ ਹੋਰ ਦੀ ਅਤੇ ਜੋਜਾ ਆਪੇ 'ਚ ਗੱਲ ਪਈਆਂ ਕਰਦੀਆਂ, ਧੀਆ ਦੀ ਅੰਮਾ ਜੋ ਐਲਾਨ ਹੋਇਆ ਨਾ, ਜੋ ਅਫਸਰਾਂ ਦੀਆਂ ਧੀਆਂ ਸਾਰੀਆਂ ਦਰਾਏ ਫੁਰਾਤ 'ਤੇ ਜਾਓ। ਅੰਮਾ ਮੈਂ ਵੀ ਟੁਰ ਗਈ ਆ ਦਰਾਏ ਫੁਰਾਤ 'ਤੇ, ਅੰਮਾ ਅਜੀਬ ਮੰਜ਼ਰ ਡਿੱਠੇ, ਅਜੀਬ ਮੰਜ਼ਰ ਹਾਲਾਤ ਡਿੱਠੇ ਨਾ। ਮਾਂ ਰੋ ਕੇ ਆਦੀ ਹੈ, ਦੱਸਾ ਸਭ ਤੋਂ ਪਹਿਲਾਂ ਦੱਸਾ, ਇਹ ਜੋ ਗੱਠੜੀ ਲੈ ਆਉਂਦੀ ਇਹਦੇ 'ਚ ਕਿਆ ਹੈ? ਉਸ ਵੇਲੇ ਹੋਰ ਦੀਦੀ ਤੜਪੀਏ ਵੈਣ ਕਰਕੇ ਆਦੀ ਹੈ, ਅੰਮਾ ਖੋਲ ਕੇ ਵੇਖ, ਇਹ ਜਿਹੜੀ ਚਾਦਰ ਹੈ ਨਾ, ਹੁਸੈਨ ਦੀ ਵੱਡੀ ਭੈਣ ਹੈ ਜਿਹੜਾ ਨਾਂ ਜ਼ੈਨਬ ਹੈ, ਉਸ ਦਿੱਤੀ। ਇੱਕ ਮੌਲਾ ਹੁਸੈਨ ਦੀ ਭੈਣ ਹੈ ਜਿਹਦਾ ਨਾਮ ਮੈਂ ਕਲਸੂਮ, ਉਸ ਦੁਰ ਦਿੱਤੇ ਨਾ। ਅੰਮਾ ਕੁਝ ਬੀਬੀਆਂ ਆਏ ਨਾ, ਮੈਂ ਪੁੱਛਿਆ ਕੌਣ ਆਏ ਨਾ, ਮੈਨੂੰ ਦੱਸਿਆ ਨੇ ਜੋ ਮੁਸਲਿਮ ਦੀਆਂ ਧੀਆਂ ਆਏ ਨਾ, ਅੰਮਾ ਉਹਨਾਂ ਜ਼ੇਵਰ ਦਿੱਤੇ
ਦਿਨ ਹੋਰ ਸਾਰੀਆਂ ਗੱਲਾਂ ਸੁਣਦਾ ਰਿਹਾ। ਜਿਸ ਵੇਲੇ ਖੈਮੇ 'ਚ ਦਾਖਲ ਹੋਇਆ, ਧੀ ਜਲਦੀ ਦੇ ਨਾਲ ਗੱਠੜੀ ਨੂੰ ਲੁਕਾਉਣਾ ਸ਼ੁਰੂ ਕੀਤਾ। ਮਾਂ ਦੀਏ, ਮੈਂ ਤੇਰਾ ਜਾਵਣ ਲੁਕਾ ਸਕਦੀ ਹਾਂ, ਸਮਾਨ ਹੁਣ ਪਿਓ ਵੇਖ ਲਏ। ਅੱਲਾਹ ਅਕਬਰ। ਇੱਥੇ ਵਹਿਣ ਦੇ ਤਲਬੇ ਦੁਆ, ਹੁਣ ਮੈਂ ਕਿਵੇਂ ਲੁਕਾਵਾਂ, ਜੋ ਪਿਓ ਨੂੰ ਕਿਵੇਂ ਦੱਸਾਂ ਜੋ ਇਹ ਸਮਾਨ ਕਹਿ ਦਿੱਤਾ। ਉਸ ਲਈ ਤੜਪੀ ਹੋਰ ਦੀਦੀ ਪਿਓ ਦੇ ਪਾਸੇ ਵੇਖ ਕੇ ਆਦੀਏ, ਨਾਰਾਜ਼ ਨਾ ਥੀਵੇਂ ਮੈਂ ਉਜੜੀ ਤੇ, ਤੇਰੇ ਦੁਸ਼ਮਣ ਦੇ ਘਰ ਗਈਆਂ, ਉੱਥੇ ਬੇਵਤਨਾ ਦੀ ਗੁਰਬਤ ਤੇ ਬਹੁ ਚਿਰ ਤਾਈਂ ਰੋਂਦੀ ਰਹੀਆਂ। ਵਹਿਣ ਕਰਕੇ ਆਦੀਏ, ਬਾਬਾ ਤੂੰ ਤੇ ਆਦਾਂ ਵੇ ਸਾਡੇ ਦੁਸ਼ਮਣ ਹਨ, ਮੈਂ ਸੁਣੀਆਂ ਗੱਲਾਂ ਬਈਆਂ, ਮਜ਼ਲੂਮ ਹੁਸੈਨ ਦੀਆਂ ਤਰੇ ਭੈਣੀ ਤਕਵੀਰ ਸੜੇਂਦੀਆਂ ਰਹੀਆਂ। ਅੱਲਾਹ ਅਕਬਰ। ਕੰਢ ਕਰਕੇ ਆਦੇ ਨਾ ਜਾਵੇ ਆ ਉਹਨਾਂ ਦੇ ਖੈਮੇ, ਨਾ ਮਜ਼ਲੂਮ ਹੁਸੈਨ ਦੀਆਂ ਭੈਣੀ ਮੈਨੂੰ ਬਿਰਾ ਸੱਡਣਾ, ਆਦੇ ਡਸਾ ਮੈਂ ਹਰ ਚੀਜ਼ ਮਾਫ਼ ਕਰਦਾ, ਡਸਾ ਖੈਮੇ ਜੋ ਗਈਆਂ ਵੇ, ਖੈਮੇ ਦੇ ਕਿਆ ਹਾਲਾਤ ਹਨ, ਕਿਆ ਦਿਆਨ। ਉਸ ਵੇਲੇ ਹੋਰ ਦੀਦੀ ਰੁੰਨੀ ਹੈ, ਰੋ ਕੇ ਆਦੀ ਹੈ, ਬਾਬਾ ਇੱਕਾ ਗੱਲ ਦੱਸਾਂ, ਅਗਰ ਮੈਂ ਤੈਨੂੰ ਇੱਕ ਗੱਲ ਦੱਸਾਂ ਉਹਨਾਂ ਖੈਮੇ ਵਾਲੇ ਦੀ, ਮੇਰੇ ਤੇ ਨਾਰਾਜ਼ ਤੇ ਨਾ ਹੋ ਸੇ, ਤੇਰੀ ਬੇਵਾ ਸਾਏ ਨਿਕਲ ਸੀ। ਹੋਰ ਆਦਾ ਮੈਨੂੰ ਮੁਹੰਮਦ ਦੀ ਕਸਮ ਹੈ, ਮੈਂ ਨਾਰਾਜ਼ ਨਾ ਹੋ ਸਾਂ, ਧੀ ਤੜਪ ਗਈ। ਆਦੀ ਹੈ ਬਾਬਾ ਦੱਸਾਂ, ਮਦੀਨੇ ਵਾਲੇ ਮੁਹੰਮਦ ਨੂੰ ਜਾਣਦਾ ਹੈ। ਹੋਰ ਆਦਾ ਕਿਉਂ ਨਹੀਂ ਜਾਣਦਾ, ਮੈਂ ਕਲਮਾ ਪੜ੍ਹਦਾ ਮਦੀਨੇ ਵਾਲੇ ਮੁਹੰਮਦ ਦਾ। ਧੀ ਵਹਿਣ ਕਰਕੇ ਆਦੀ ਹੈ, ਕਲਮਾ ਪੜ੍ਹ ਕੇ ਲੁੱਟਣ ਲੱਗੇ ਹੋ। ਅੱਲਾਹ ਅਕਬਰ। ਰੁੰਨਾ ਹੋਰ ਬਹਿੰਦਾ ਬਹਿੰਦਾ ਜ਼ਮੀਨ ਤੇ ਬਹਿ ਗਏ, ਧੀ ਦਾ ਸਰ ਹੋਰ ਦੇ ਜ਼ਾਨੂ ਤੇ। ਪਹਿਲਾ ਵਹਿਣ ਹੋਰ ਦੀ ਧੀ ਕੀਤਾ, ਹੋਰਾਂ ਤੇ ਮਿੰਨਤ ਲਾਨਾ ਮੈਂ ਤੇਰਾ ਪਿਓ ਹਾਂ, ਇੱਕ ਇੱਕ ਗੱਲ ਦੱਸਾਂ ਜੋ ਉਸ ਖੈਮੇ ਗਈਆਂ ਵੇ, ਤੇਰੇ ਨਾਲ ਉਹਨਾਂ ਦਾ ਸਲੂਕ ਕਿਆ। ਆਦੀਏ ਬਾਬਾ, ਜਿਵੇਂ ਐਲਾਨ ਹੋਇਆ ਨਾ, ਅਫਸਰਾਂ ਦੀਆਂ ਧੀਆਂ ਅਤੇ ਬੀਵੀਆਂ ਦਰਾਏ ਫੁਰਾਤ ਅਤੇ ਚਹਿਲ ਕਦਮੀ ਕਰਨ ਗਈਆਂ। ਬਾਬਾ ਮੈਂ ਵੀ ਗਈ ਹਾਂ, ਮਾਂ ਦੀ ਮਿੰਨਤ ਕੀਤੀ, ਮਾਂ ਦੀ ਆਈ ਨਹੀਂ, ਜਿੰਨੇ ਤੱਕ ਤੇਰਾ ਪਿਓ ਇਜਾਜ਼ਤ ਨਾ ਦੇਵੇ ਮੈਂ ਨਹੀਂ ਜਾ ਸਕਦੀ। ਮੈਂ ਦਾਈਆਂ ਨੂੰ ਨਾਲ ਲੈ ਕੇ ਦਰਾਏ ਫੁਰਾਤ ਦੇ ਕਿਨਾਰੇ ਚਹਿਲ ਕਦਮੀ ਪੇ ਕਰਦੀ ਆਇਸ, ਜੋ ਯਕਦਮ ਇੱਕ ਖੈਮੇ 'ਚ ਰੋਣ ਦੀ ਆਵਾਜ਼ ਬੁਲੰਦ ਹੋਈ, ਬੱਚਿਆਂ ਦੀ ਆਵਾਜ਼ ਬੁਲੰਦ, ਅੱਲਤਾਸ਼ ਅੱਲਤਾਸ਼। ਹੋਰ ਦੀਦੀ ਆਦੀਏ, ਬਾਬਾ ਮੇਰੇ ਕੋਲ ਨਾ ਰਹਿਣ ਹੋਇਆ, ਮੈਂ ਟੁਰਦੀ ਖੈਮੇ ਦੇ ਕੋਲ ਗਈ। ਬਾਬਾ ਮੈਂ ਖੈਮੇ ਦਾ ਲੜ ਹਟਾਏ, ਬਾਬਾ ਮੈਂ ਡਿੱਠਾ, ਜਲ ਮੈਂ ਖੈਮੇ ਦਾ ਲੜ ਹਟਾਇਆ, ਇੱਕ ਬੀਬੀ ਆਈ ਜਿਹੜੀ ਕੁਰਸੀ ਤੇ ਬੈਠੀ ਆਈ, ਬਾਕੀ ਬੀਬੀਆਂ ਨੇ ਜਿਹੜੀਆਂ ਜ਼ਮੀਨ ਤੇ ਬੈਠੀਆਂ ਏ। ਬਾਬਾ ਜਲ ਮੈਂ ਖੈਮੇ ਦਾ ਲੜ ਹਟਾਇਆ, ਜਿਵੇਂ ਉਸ ਬੀਬੀ ਦੀ ਮੇਰੇ ਤੇ ਦੀਦ ਪਈ, ਬਾਬਾ ਮੈਨੂੰ ਮਦੀਨੇ ਵਾਲੇ ਮੁਹੰਮਦ ਦੀ ਕਸਮ, ਕੀਤੀ ਜੋ ਮੈਂ ਕੁਰਸੀ ਤੋਂ ਉੱਠ, ਬਾਬਾ ਮੈਂ ਵੇਦੀ ਰਹੀ ਹਾਂ, ਬੀਬੀ ਕੋਲੋਂ ਉੱਠਣ ਨਹੀਂ ਹੋਇਆ, ਬਾਬਾ ਬੀਬੀ ਆਦੀਏ ਤਾਈਓ ਮੈਨੂੰ ਉਠਾਓ, ਮੇਰੇ ਬਿਰਾ ਹੋਰ ਦੀਦੀ ਆ ਗਈ। ਆਏ ਕਰਨ ਵਾਲਿਆ ਹੋਰ ਸੁਣਦਾ ਰਿਹਾ ਹੈ, ਹੰਝੂ ਸਾਵਣ ਦੇ ਬਦਲ ਦੀ ਤਰ੍ਹਾਂ ਵਸਦੀਆਂ ਰਹੀਆਂ ਹੈ ਨਾ। ਆਦਾ ਹੈ ਮੈਨੂੰ ਅੱਲਾ ਦੇਣਾ ਤੇ ਡਸਾਓ, ਬੀਬੀ ਕਿਆ ਦੀ ਆਈ ਆ, ਹੋਰ ਦੀਦੀ ਆਦੀ ਹੈ, ਬਾਬਾ ਜੈ ਵੇਲੇ ਖੈਮੇ ਦਾ ਲੜ ਹਟ ਆਏ, ਬੀਬੀ ਨੂੰ ਕੁਰਸੀ ਤੋਂ ਦਾਈਆਂ ਉਠਾਏ, ਮੇਰੇ ਪਾਸੇ ਆਈ ਹੈ ਆਦੀ ਆਈ ਆ, ਮੇਰੇ ਬਿਰਾ ਹੋਰ ਦੀਦੀ ਹੈ, ਬਾਬਾ ਮੈਂ ਖੈਮੇ ਦਾਖਲ ਹੋਈਆਂ, ਕੋਈ ਬੀਬੀਆਂ ਇੰਜਣੀਆਂ ਦੀਆਂ ਨਾ ਚਾਚੇ, ਹੋਰ ਦੀਦੀ ਆ ਗਈ ਆ, ਕੋਈ ਬੀਬੀਆਂ ਜਿਹੜੀਆਂ ਦੀਆਂ ਨਾ ਸਾਡੇ ਬਿਰਾ ਹੋਰ ਦੀਦੀ। ਅੱਲਾਹ ਅਕਬਰ। ਅਲਜ਼ਮਤ
ਲੀਲਾ ਇੱਥੇ ਵੈਣ ਤੇ ਤਲਵੇ ਦੁਆ ਜਾਂ ਵੇਲੇ ਹੋਰ ਦੀਦੀ ਦੱਸਦੀ ਰਹੀ ਹੋਰ ਦੇ ਪੱਗ ਦੇ ਪੇਚ ਖੁੱਲ ਕੇ ਗੱਲ ਦੇ ਵਿੱਚ ਆਏ ਨਾ ਤੋੜੇ ਇਤਨਾ ਸ਼ੁਜਾਤ ਇਤਨਾ ਬਹਾਦਰ ਹੋਰ ਆਪਣੇ ਕਬੀਲੇ ਦਾ ਸਰਬਰਾਇਆ ਆਦਾ ਅਗਲੀ ਗੱਲ ਦੱਸੋ ਬੀਬੀ ਕਿਆ ਦੀ ਆਇਆ ਆਦੀ ਏ ਜੈਲੇ ਬੀਬੀ ਮੈਨੂੰ ਨੱਪ ਕੇ ਖੇਮੇ ਚ ਲੈ ਗਈ ਆ ਆਦੀ ਆਇਆ ਕੁਰਸੀ ਤੇ ਬੋ ਮੈਂ ਜ਼ਮੀਨ ਤੇ ਬਾਨੀ ਆ ਹਾਏ ਕਰਨ ਵਾਲਿਆ ਹੋਰ ਦੀਦੀ ਆਦੀ ਏ ਬਾਬਾ ਮੈਂ ਡਰ ਗਈ ਆ ਅਲੀ ਸ਼ਾਨ ਸ਼ਾਹ ਦੀਦੀ ਏ ਮੈਂ ਕੁਰਸੀ ਤੇ ਕਿਵੇਂ ਬਵਾਂ ਨਹੀਂ ਬਹਿ ਸਕਦੀ ਮੈਂ ਜ਼ਮੀਨ ਤੇ ਬਾਨੀ ਆ ਤੁਹਾਡੇ ਨੌਕਰ ਦੀਦੀ ਆ ਬਾਬਾ ਉਹ ਬੀਬੀ ਆਦੀ ਆਈ ਇਹ ਗੱਲ ਜੁੜਦੀ ਤੇ ਨਹੀਂ ਆ ਅੱਜ ਤੂੰ ਦਰਿਆਵਾਂ ਦੇ ਮਾਲਕ ਦੀਦੀ ਆ ਉਹ ਮੈਂ ਤਰੇ ਦਿਹਾੜੇ ਤਸ ਬਿਰਾ ਦੀ ਮੇਣ ਤੂੰ ਮੇਰੇ ਸਾਹਮਣੇ ਖੁਰਸੀ ਤੇ ਬੋ ਮੈਂ ਜ਼ਮੀਨ ਤੇ ਬਾਨੀ ਆ ਅੱਲਾਹੁ ਅਕਬਰ ਅਲਜ਼ਮਤੁਲਿਲਾ ਸੁਣਦਾ ਰਿਹਾ ਹੋਰ ਰੋਂਦਾ ਰਿਹਾ ਆਦੇ ਨਾ ਜਾਵੇ ਨਾ ਨੌਕਰਾਂ ਨੂੰ ਵੀਰ ਸਡਾਵੇ ਆ ਅੱਲਾਹੁ ਅਕਬਰ ਅਲਜ਼ਮਤੁਲਿਲਾ ਤੇਰੀ ਹੁਣ ਬੇਵਸਾਇ ਨਿਕਲ ਸੀ ਆਇਆ ਜੋ ਏ ਰੋਵਣ ਘਰ ਬਾਰ ਛੱਡ ਕੇ ਧੀਆਂ ਨੂੰ ਨਾਰ ਲਾ ਕੇ ਆ ਵਾ ਤੇਰੀ ਹਾਏ ਜ਼ਰੂਰ ਨਿਕਲ ਸੀ ਉਰਾ ਦੇ ਅਗਲੀ ਗੱਲ ਦੱਸਾ ਬਾਬਾ ਜੈਵਲੇ ਮੈਂ ਆਖਿਆ ਮੈਂ ਕੁਰਸੀ ਤਾਂ ਨਹੀਂ ਬਾਂਧੀ ਮੈਂ ਜ਼ਮੀਨ ਤੇ ਬਾਂਧੀ ਆ ਉਵੇਲੇ ਬਾਬਾ ਬਾਂਧੀ ਬਾਂਧੀ ਮੇਰੇ ਨਾਲ ਹੁਸੈਨ ਦੀਦੀ ਹੁਸੈਨ ਦੀ ਭੈਣ ਜ਼ਮੀਨ ਤੇ ਬਹਿ ਗਈ ਆ ਵੈਣ ਕਰਕੇ ਆਦੀ ਆਈ ਜੇ ਕੁਰਸੀ ਤਨੇ ਬਾਂਧੀ ਆ ਮੇਰੀ ਝੋਲੀ ਚ ਬਹਿ ਜਾ ਬਾਬਾ ਆਦੀ ਆਏ ਝੋਲੀ ਕੋਈ ਆਮ ਝੋਲੀ ਨਹੀਂ ਆ ਬਾਬਾ ਆਦੀ ਆਏ ਮੈਂ ਕਡਾਨ ਮੁਹੰਮਦ ਨੂੰ ਇਹ ਝੋਲੀ ਚ ਨਹੀਂ ਭਾਇਆ ਇਹ ਝੋਲੀ ਮੇਰੇ ਅਲੀ ਅਕਬਰ ਦੀ ਝੋਲੀ ਹੈ ਜਿਹੜਾ ਮੇਰੇ ਨਾਨੇ ਦੀਆਂ ਸ਼ਕਲਾਂ ਲੈ ਜਿਹੜਾ ਮੇਰੀ ਝੋਲੀ ਚ ਸਮਦਾ ਅੱਲਾਹੁ ਅਕਬਰ ਆਖਰੀ ਵੈਣ ਤਲਵੇ ਦੁਆ ਬਾਬਾ ਜਲੇ ਮੈਂ ਬਹਿ ਗਈ ਆ ਪਹਿਲਾ ਵੈਣ ਕੀਤਾ ਕਰਬਲਾ ਦੀ ਨਗਰੀ ਹਾਰ ਗਈ ਆ ਬਾਬਾ ਰੋ ਕੇ ਆਦੀ ਆਏ ਇੱਕ ਗੱਲ ਕਰੇ ਜਲੇ ਖੇਮੇ ਜਾਵੇ ਆ ਬਾਬਾ ਮੈਂ ਪੁੱਛਿਆ ਬੀਬੀ ਦੱਸਾ ਕਿਹੜੀ ਗੱਲ ਬਾਬਾ ਉਹ ਬੀਬੀ ਰੋ ਕੇ ਆਦੀ ਆਏ ਪਿਓ ਨੂੰ ਆਖਿਆ ਤੂੰ ਸਾਡੀ ਦੁਆ ਦਾ ਜੰਮਿਆ ਹੋਇਆ ਹਰ ਕੋਈ ਮਾਰੇ ਪਿਓ ਨੂੰ ਆਖੇ ਤੂੰ ਮੇਰੇ ਵੀਰ ਨੂੰ ਨਮਾਰ ਗਮੇ ਸ਼ਬੀਰ ਮੈਂ ਆਸੂ ਬਹਾਏ ਜਿਸ ਕਜੀ ਚਾਹੇ ਯਹੀ ਆਸੂ ਬਨੇ ਗੌਹਰ ਬਣਾਏ ਜਿਸ ਕਜੀ ਚਾਹੇ ਸਦਾ ਜ਼ਹਰਾ ਕੀ ਆਤੀ ਹੈ ਮੈਂ ਹੂੰ ਮੌਜੂਦ ਮਜਲਿਸ ਮੇਂ ਮੁਝੇ ਬੇਟੇ ਕਪੂਰ ਸਾਦੇ ਨੇ ਆਏ ਜਿਸ ਕਜੀ ਚਾਹੇ ਬੜੀ ਕਬੂਲ ਮਜਲਿਸ ਦੁਆ ਹੈ ਬਾਨੀਆਂ ਨੇ ਫਰਸ਼ੇ ਅਜ਼ਾਦੇ ਮਾਲਿਕ ਤੋਫੀਕ ਅਤੇ ਇਜ਼ਾਫਾ ਫਰਮਾਏ ਮੁਮਨੀਨ ਮੁਮਿਨਾਂ ਦਾ ਕਦਮ ਕਦਮ ਤੁਰਾਇਆ ਆਪਣੀ ਬਾਰਗਾਹ 'ਚ ਇਬਾਦਤ ਸ਼ੁਮਾਰ ਫਰਮਾਏ ਹੁਣ ਤੁਹਾਡੇ ਸਾਹਮਣੇ ਫਖਰੂ ਜ਼ਾਕਰੀਨ ਬਹਿਰੁਲ ਮਸਾਹਿਬ ਜ਼ਾਕਰ ਅਲ ਬੈਦ ਜਨਾਬ ਸ਼ਕੀਲ ਅਬਾਸ ਸਾਹਿਬ ਜ਼ਿਕਰ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮੈਸਨ ਔਰ ਇਹਨਾਂ ਤੋਂ ਬਾਅਦ ਕੈਸਰ ਅਬਾਸ ਕਿਆਮਤ ਸਾਹਿਬ ਔਰ ਠੀਕ 12 ਵਜੇ ਪੀਰ ਸੈਯਦ ਤੋਕੀਰ ਹੈਦਰ ਸ਼ਾਹ ਸਾਹਿਬ ਬਾਬਾ ਸੈਯਦ ਰਿਆਜ਼ ਹੁਸੈਨ ਸ਼ਾਹ ਸਾਹਿਬ ਦੇ ਜਿਹੜੇ ਫਰਜ਼ੰਦ ਨੇ ਉਹ ਜ਼ੇਬੇ ਮੈਂਬਰ ਹੁਸਨ ਔਰ ਸਜਦਾ ਜ਼ਿਕਰ ਅਦਾ ਕਰੇ ਸਨ ਮਿਲ ਕੇ ਬਾਵਾਜ਼ੇ ਬੁਲੰਦ ਸਲਵਾਤ ਪੜੋ ਦਰੂਦ ਪੜੋ ਮੁਹੰਮਦ ਵਾਲੇ ਮੁਹੰਮਦ ਦਾ ਬਿਸਮਿਲ੍ਲਾਹਿ ਰਹਿਮਾਨ ਰਹੀਮ
اللهم كن لوليك الحجة ابن الحسن عليه الصلاة والسلام صلواتك عليه وعلى آبائه يا الصادق وفي كل الناس من سات الليل والنهار وليا وحافظا وقائدا وناصرا ودليلا معنا حتى تسكن ورزق طوان وتمتعوا فيها طويلا اللهم صل على محمد وعلى محمد كريم مالك عبادت قبول و منظور فرما حاضرین مجلس آزاد آئے کے قدم تو تور کے آنا مالک اپنی بارگاہ عالیہ وچ قبول و منظور فرما کوشش کیتا کرو آمین آخی کرو ہر عبادت دا نچوڑ دعا ہوندی ہے دعا نہ منگی ونجے تے بعد عبادت کرن دا مقصد ہے مالک مومناں نوں حج و زیارات دا شرف نصیب فرما مالک بیماراں نوں شفا کاملہ عاجلہ نصیب فرما تنگ دستاں دی تنگ دستی دور فرما مالک ساڈے وارث حقیقی منتقم آل محمد قائم بے امر اللہ امام دا ظہور فرما زمانے تے قرآن دی شاہی ہوئے سیدہ دے بچڑے دی بادشاہی ہوئے دعاواں دی قبولیت واسطے صلوات با آواز بلند بارے دیگر صلوات با آواز بلند اعوذ باللہ السمیع العلیم من الشیطان اللعین الرجیم بسم اللہ الرحمن الرحیم باواز بلند صلوات الحمد للہ رب السماوات والارضین الصلاۃ والسلام علی حبیب ہی و رسول ہی و خلیل الذی ہوا طبیب نفوسنا و شفیع ذنوبنا صاحب تاج والمعراج ابلغا سم محمد محمد ذات صلوات والا ابن امی ہی و کاشف غمی ہی و داف امی الذي هو زينة المسجد والمنبر ساقي الحوض والكوثر وقات المرحب والانتر ووالد شبیر والشبر امیر المؤمنین نعرہ حیدری یا علی عباد و شاد رکھے تون والا سیدہ تل جلیل تل کریم تل مقدس تل مخدوم تل مغموم تل محروم محروم تے ان حق میرا اسے ابھی ہا سیدہ تن سائل عالمین صلوات والا حسن المسموم بسم الجفا و حسین المظلوم مقتول المجروح مذبو شہید بے عرض کربلا بیٹھے ازادارو دکھیاں لٹیاں تسیاں تھکیاں قیدن ہولیاں بھیڑا دا بھرا کفن کوئی نہ ملیا بسم اللہ کراں سونا استقبال کیتا وین پہنچاونا چاہنا انجیا نہ خط لکھ کے حاکم کوفہ نوں دتی شمر نے اطلائے بغیر تد میں قتل حسین کو کر چھوڑے توں شہر جی سچ دسو اے عید مناون والی گل ہے اسلام نو ذبا کر کے مسلمان آ دن ہوں عید مناؤ بتا خط لکھ کے حاکم کوفہ نوں
दिती सिमरने इतलाए बगैर तद मैं कताल हुसैन को कर छोड़े तू शहर ईद मनाए बगैर तद कल पांच वसन सर बागियां दे पूरे शहर नू खूब सजाए वी साल दे बाद अज वत कूफे पिए आंदी चलो तुहाडी मोहब्बत नू डे के एक वैण और करदा हाय तुहाडे वासे जे हां जो सैन दी अताए जिनू नौ फिरावां दी लाश ते वैण करन दी इजाजत मिली मोमन आजादारों बड़ी मेहनत ने आली हसैन दी आजादारी ते तुहानू रोकण वाला कोई नहीं आजादारी आली हसैन दी हसरत मैं प्यादा आइए कड़ियां पाके ऊं तख्त अगों जै तख्त ते प्यो हस पांदा बिस्मिल्लाह करां दुआ मंगी करो शाल कोई शरीफ उजड़े ना अगर कोई शरीफ उजड़ी बंजे बात दूजी दुआ मंगी करो कोई शरीफ उजड़ के कै कमियां दे वासना आवे बिस्मिल्लाह करां मैं प्यादा आइए कड़ियां पाके ऊं तख्त अगों जै तख्त ते प्यो हस पांदा कुछ परदा खा किश वादा अते कुछ परदा वाला कुछ परदा खा किश वादा अते कुछ परदा वाला दा मैं प्यादा देख तसई मंडी जादा मुख फिरा मैं बिस्मिल्लाह करां मालक तुहाडा टोराया कबूल और मंजूर फरमावे बहुत मुख्त दो सैन दे कूफे शहर आले पासे पहली दफ़ा आओ बिस्मिल्लाह आलिया सैन कूफे आए बाबे अली दी शाही देखने दे कीते ते दूजी दफ़ा आलिया आए सब तो ज्यादा जुल्म केड़ी जात होया है त्रै बारी ठंडा बिस्मिल्लाह करा शाम शाम शरीफो शाम ओ लफ्ज़े मोमन सुनदा जावे मोमन दी बेवास हांज पाए रहंदी है शाम ओ मुल्के मेरा भरा कैसर अब्बास आदा मोमन हांज डांदी है ते आलिया सैन त्रै बार फरमाया ने शाम अब्बास जी शाम ओ मुल्के इनू शाम आदे बिस्मिल्लाह करां फरमाया जुल्म ते सब तो ज्यादा शाम च होया मगर मैं कलाम दे दरबारे चोइए हैं आलिया मखदूमा जुल्म शाम च होया ते तकलीफ अस कलाम दे दरबारे च क्यों होइए
फरमाया तकलीफ इस वास्ते हुई है जेड़ा तख्त बैठा उस मेरे वाल तू दा इशारा किया। लफ्ज सैदा ते दो दफा इस्तेमाल होया सैयद ज़ादा, एक दफा बतूल नू किसे कमीने आख्या तू, दूजी दफा असकलान दे दरबार इस कमीने आख्या तू, आखिया ते शबीर यजीद दी बैत च करया। बिस्मिल्लाह करां, बीबी वत पुछया सैन जुल्म सब तो ज्यादा शाम चोया ते तकलीफ तुहानू असकलान दे दरबार ज्यादा हुई है, ते सैन ए दसो बद्दुआ कूफे आलियां को कीती ने, बद्दुआ कूफे आलियां को क्यों कीती ने? सैन ठड्डा साहब आर के फरमेंदे ने शामियां साडे ते जुल्म कीता है मगर साडी इज्जत दे वाकफ ना है ना, कूफे दे विच मैं उन्हां बीबियां ही पत्थर मारे जिन्हां नूं मैं कुरान पढ़ेंदी रही हां। बिस्मिल्लाह करां, बहुत रूहानियत है मजलिस पाक दे विच, फरमाया उन्हां बीबियां ही मैं मारिया है जिन्हों जिन्हां नूं मैं कुरान पढ़ाई रही हां। बस शरीफ हो इंजे आदा साढ़े 300 सुनहरी कुर्सियां ते मुसलमान बैठे हैं, जेड़े वेले आलिया सैन दा पहला कदम दरबारे कूफा दे विच आया, जिन्हां बीबियां शरीफो हुजरियां दे विच मरना ना ओ बाजारां दे विच रुलदियां रहियां, दरबारां दे विच रुलदियां रहियां। सदके थीवां साढ़े 300 सुनहरी कुर्सियां ते मुसलमान बैठे हैं, दीवार दे नाल बतूल दियां दहियां ते तख्त बैठा कमीना पींदा बैठा शराब त्यादा वदा, आज कोई मोमन होवे आज कोई शिया होवे अपने पीरां नूं उजड़ा होया देखिया मेरी आबादी देखिया उंदा हां जल्दिया ते मैं खुश हवा। बिस्मिल्लाह नाल आले सिपाही दस्या अली दा बहुत वड्डा शिया, अली दा बहुत वड्डा होवदार ता तेरे जिंदान इच कैदे बेगैरत आदे कौन, सिपाही आदे अबू उबैदा सखफी दा पुत्र ए अमीर मुख्तार, दुश्मन पिया दे अली दा बहुत वड्डा शिया है कमीना दे जल्दी करो मुख्तार नू दरबार सद घेनाओ। दो सिपाही तुर पए जिंदान दे विच आए मुख्तार दी केड़ी हालत है इंजे कड़ियां ते मथे हौले हौले वदा दे अकबर दा बाबा तुहाडा मैं गरीब दे नाल मिलन दा वादा ताज दा हा। बिस्मिल्लाह करां, तुहाडा मैं गरीब दे नाल मिलन दा वादा आज दा, अल्लाह जाने नौकर तू केड़ी गलती होई है मौला ज़ियारत नेवे कराई इयो गल वदा सुचेंदा अपने आप दे नाल गल्लां वदा करेंदा, या सिपाही दामन लाए मुख्तार आ तैन दरबार च हाकम याद कीता है, कड़ियां कुंज के शरीफो नाल टुर पिया जिवें जो बाजार चो गुजरे मैं देख रहा बे सख्ता तुहाडी हांज बाए रासी मोमन बैठे हो आजादार बैठे हो तुहाडे दिल च कबरे हुसैन है, बाजार चो गुजरे ते बाजार सजे हुए डिठेस, लोगों के बड़कीले लिबास डिठेस, फाखराने माहौल डिठेस, सिपाही नू आदा यार दसा आज ईद तक कोई नहीं ना कोई खुशी दा दी है ए सजे हुए बाजार क्यों है न, सिपाही दसे मुख्तार तू आवे जिंदान दे विच कैद तैन पता कोई नहीं करबला जंग होई है साडे बादशाह दा मुखालफ बादशाह मारिया गया है साडे बादशाह नू फतह होई है, मुख्तार आदा ए तंडसा मरीमण आले बादशाह दा ना क्या, सिपाही आदा मरीमण आले बादशाह दा नाम हुसैन आ, ठंडा साहब आर के आदे अल्लाह इंशाल्लाह मदीने आला ना होवे अल्लाह इंशाल्लाह अकबर दा बाबा बिस्मिल्लाह अल्लाह इंशाल्लाह अब्बास दा वीर ना होवे, ठंडा साहब आर के आसमान आले पास देख के आदे अल्लाह इंशाल्लाह खैर होवे मुसलमान आजादी लुटाए किसे शरीफ दा घर लुटाए, जादी उजाड़े किसे शरीफ दा घर उजाड़े, मुकामा पहला कदम मुख्तार दा दरबार दे विच आया हर किसे आखे रा दियो मुख्तार आ गया है,
ਰਾਦਿਓ ਅਲੀ ਉਨ ਵਲੀ ਉੱਲਾ ਪੜਨ ਵਾਲਾ ਆ ਗਿਆ ਹੈ। ਰਾਦਿਓ ਅਲੀ ਦਾ ਬਹੁ ਵੱਡਾ ਸ਼ੀਆ ਆ ਗਿਆ ਹੈ। ਸ਼ਰੀਫ ਹੋਏ ਗੱਲ ਹਰ ਕੈਂ ਸੁਣੀ, ਜਿਵੇਂ ਮਲਕਾ ਏ ਜ਼ੰਜਬਾਰ ਸੈਣ ਦੀ ਕੰਢ ਪਿੱਛੇ ਬਤੂਲ ਦੀ ਧੀ ਸੁਣੀਏ, ਇੰਜ ਗੱਲ ਕਹਿ ਨਹੀਂ ਸੁਣੀ। ਅੱਲਾ ਗਵਾਏ ਅੱਖਾਂ ਵਸ ਪਈਆਂ, ਮਲਕਾ ਜ਼ੰਜਬਾਰ ਸੈਣ ਫਰਮੈਂਦਨ, ਜੋ ਕੰਢ ਤੇ ਪਾਣੀ ਦਾ ਅਹਿਸਾਸ ਹੋਇਆ, ਆਵਾਜ਼ ਆਉਂਦਾ ਮੋੜ ਕੇ ਡਿੱਠੇ ਫਾਤੇ ਮੋਬਾਲਾ, ਬੀਬੀ ਦੀ ਧੀ ਰੋਂਦੀ ਪਈ ਆਈ, ਸੈਣ ਦੀ ਆਵਾਜ਼ ਆਈਏ ਆਲੀਆ, ਕਰਬਲਾ ਤੇਰੀ ਸਭ ਫਿਰਾਵਾਂ ਦੀ ਮਾਰੀ ਗਈ ਆਲੀਆ। ਇੰਜਣੇ ਰੁਨੇ ਪੁੱਤਰ ਬਿਸਮਿਲਾ, ਪੁੱਤਰ ਮਾਰੇ ਗਏ ਨੀ, ਭਤੀਜੇ ਮਾਰੇ ਗਏ ਨੀ, ਭਣੇ ਜੇ ਮਾਰੇ ਗਏ ਨੀ, ਇੰਜਣੇ ਰੁਨੇ ਆਵਾਜ਼ ਆਉਂਦੇ ਆਲੀਆ। ਔਖਾ ਵੇਲਾ ਸ਼ਾਮੇ ਗਰੀਬਾਂ, ਆਵਾਜ਼ ਆਉਂਦੇ ਅਲੀ ਦੀਦੀ, ਤੈਂਡੀ ਸਾਰਾ ਲਈ ਚਾਦਰੀ ਲੁੱਟੀ ਗਈ, ਬਿਸਮਿਲਾ ਕਰਾਂ ਇੰਜਣੇ ਰੁਨੀ, ਬੇਪਲਾਣੇ ਉੱਤੇ ਸਵਾਰ ਕੀਤਾ ਨੇ ਇੰਜਣੇ ਰੁਨੇ, ਹੁਣ ਖੜੀ ਤਮਣ ਕੰਢ ਦੇ ਪਿੱਛੋਂ ਐ ਡਸਾ ਰੋਂਦੀ ਕਿਉਂ ਐ, ਆਵਾਜ਼ ਆਉਂਦਾ ਅੰਮਾ ਡਸਾ ਕਿਵੇਂ ਨਾ ਰੋਵਾਂ, ਕਰਬਲਾ ਮੇਰੇ ਜਾਣਾ ਨਾਲੇ ਕੋਈ ਨਾ ਐ, ਆਵਾਜ਼ ਆਉਂਦਾ ਅੰਮਾ ਸਾਹਮਣੇ ਤਵੇ ਫਿਰਾ ਮੁਖਤਾਰੀ ਆ ਗਏ, ਚਾਦਰੀ ਕੋਈ ਨਹੀਂ ਹੈ, ਆਵਾਜ਼ ਆਉਂਦੇ ਅਲੀ ਦੀਆਂ ਅਠਾਰਾਂ ਫਿਰਾਵਾਂ ਦੀ ਭੈਣ, ਬਿਸਮਿਲਾ ਕਰਾਂ ਟੁਰਦਾ ਟੁਰਦਾ ਮੁਖਤਾਰ ਤਖ ਦੇ ਕਰੀਬ ਆਇਆ, ਦੇ ਕਿਉਂ ਸਦਈ ਇੱਕ ਗੱਲ ਮੁਖਤਾਰ ਦਾ ਬਾਦੂ ਲਾਏ, ਮੁਖਤਾਰ ਸਾਡੇ ਅਮੀਰ ਦਾ ਸਲਾਮ ਕਰ, ਮੁਖਤਾਰ ਦੇ ਕੌਣ ਅਮੀਰ ਕਿਹੜਾ ਅਮੀਰ, ਜ਼ਾਲਮਾ ਦੇ ਅਬੈਦੁੱਲਾ ਇਬਨੇ ਜ਼ਿਆਦ, ਆਦਮ ਤੇਰੇ ਤੇ ਇਲਾਨਤ ਕਰੇ ਨਾ, ਤੇਰੇ ਅਮੀਰ ਤੇ ਇਲਾਨਤ ਕਰੇ ਨਾ, ਆਦਮ ਮੇਰਾ ਉਹ ਅਮੀਰ ਜਿਹੜਾ ਗਾਦੀ ਦਾ ਵੀਰ, ਨਾ ਜਾਂਡਾ ਸ਼ਬੀਰ ਜਾਂ ਪਾਸੇ ਨਾਲੋ ਫਾਤੇ ਮੋਬਾਲਾ, ਬੀਬੀ ਦੇ ਵੈਣ ਬੁਲਾਉਂਦਾ ਹੈ ਨਾ, ਆਵਾਜ਼ ਆਉਂਦਾ ਅੱਜ ਤੋਂ ਬਾਅਦ ਉਹਦਾ ਮੈਂ ਤੈਨ ਪਈ ਦੇਨੀ ਆ, ਕਿਆਮਤ ਤਾਈਂ ਤੂੰ ਅਮੀਰ, ਹਰ ਕੋਈ ਤੈ ਕੋ ਅਮੀਰ ਸਦੇ ਸੀ, ਮੰਡੇ ਮਜ਼ਲੂਮ ਬਛੜੇ ਨੂੰ ਕੋਈ ਗਰੀਬ ਹੁਸੈਨ, ਕੋਈ ਮੁਸਾਫਿਰ ਕੋਈ ਪਰਦੇਸੀ, ਬਿਸਮਿਲਾ ਕਰਾਂ ਮੁਖਾਵਾਂ ਮੁਖਤਸਰ ਪਿਆ ਕਰੇ ਨਾ, ਟੁਰਦਾ ਟੁਰਦਾ ਕਮੀਨੇ ਕੂੰ ਆਖਿਆ ਕਮੀਨਾ ਡੱਸਾ ਕਿਉਂ ਸਦਈ, ਜ਼ਾਲਮਾ ਦੇ ਮੁਖਤਾਰ ਨਾ ਕਰ ਸਲਾਮ, ਛੋੜ ਨਾ ਗੱਲਾਂ ਨੂੰ, ਅੱਜ ਮੈਂ ਢੇਰ ਖੁਸ਼ ਹਾਂ, ਮੇਰਾ ਦਿਲ ਚਾਹੁੰਦਾ ਮੇਰੇ ਤੋਂ ਕੋਈ ਸ਼ੈ ਮੰਗਿਆ, ਛਿਣਕ ਦੇ ਕਿਆ ਦੇ ਮੰਗਣ ਦਾ ਜਵਾਬ ਦੇ, ਤੂੰ ਕੋਈ ਹੁਸੈਨ ਅੱਜ ਮੈਂ ਮੰਗਾ ਤਾਂ ਹੁਸੈਨ ਤੂੰ ਮੰਗਾ, ਮੰਗਾ ਤਾਂ ਅਕਬਰ ਦੇ ਬਾਬੇ ਤੂੰ ਮੰਗਾ, ਅੱਜ ਤੈਨ ਆਪਣੇ ਇਮਾਮ ਦੀ ਕਸਮ ਮੰਗ, ਮੁਖਤਾਰ ਦੇ ਇਮਾਮ ਦੀ ਕਸਮ ਦਿੱਤੀ ਗਈ, ਅਗਰ ਜੋ ਮੈਂ ਮੰਗਣਾ ਹੈ ਵਾਤੇ ਨਹੀਂ ਆਦਾ, ਮੇਰੀਆਂ ਕੈਦਾਂ ਰਿਹਾ ਕਰ, ਆਦਾ ਇਤਨਾ ਦਾ ਇੱਕ ਲਾਦਾ ਜ਼ੰਜੀਰ ਲਹਾ, ਇੱਕ ਤੇਜ਼ ਰਫਤਾਰ ਘੋੜਾ ਦੇ, ਜ਼ਾਲਿਮਾ ਦੇ ਕਿਤੇ ਵੈ ਨਹੀਂ ਆਦਾ, ਇਮਾਮ ਦੇ ਮਿਲਣ ਦਾ ਵਾਦਾ ਆਦਾ, ਮੈਂ ਸੁਣਿਆ ਅੱਜ ਕੱਲ ਮੱਕੇ ਆਇਆ ਹੋਇਆ ਅਕਬਰ ਦਾ ਬਾਬਾ, ਆਦਾ ਮੈਂ ਵੰਜ ਕਦਮ ਚੁਮੇ ਨਾ ਤੇ ਵਾਪਸ ਵਾਲਾ ਸਾਂ, ਜ਼ਾਲਿਮਾ ਦਾ ਸਫ਼ਰ ਨਾ ਕਰ, ਤੇਰੀ ਥਾਈ ਮੁਲਾਕਾਤ ਹੋਸੀ, ਜਿਣਕ ਦੇ ਕਿਆ ਦਾ ਹਯਾ ਕਰ, ਕੁਜਾ ਤੇਰਾ ਨਿਜਸ ਦਰਬਾਰ, ਕੁਜਾ ਮੇਰਾ ਤਤਹੀ ਦਵਾਰਸ ਇਮਾਮ, ਜ਼ਾਲਿਮਾ ਦਾ ਮੁਖਤਾਰ ਤੇਰੀ ਥਾਈ ਮੁਲਾਕਾਤ ਹੋਸੀ, ਅੱਲਾ ਗਵਾਏ ਸਾਡੇ 300 ਸੁਨਹਿਰੀ ਕੁਰਸੀਆਂ ਤੋਂ ਡੇਦਾ ਆਇਆ, ਆਦੇ ਕੈਦੀ ਸਮੇਂ ਮਜ਼ਾਕ ਕੀਤਾ, ਮੰਡਾ ਇਮਾਮ ਹੋਵਿਆ ਕੈ ਪਾਸਿਓ, ਅਕਬਰ ਹੋਵਿਆ ਕੈ ਪਾਸਿਓ, ਅਬਾਸ ਹੋਵਿਆ, ਜ਼ਾਲਿਮਾ ਦੇ ਮੁਖਤਾਰ ਸੰਭਲ ਵਾਂਝ, ਹੁਣ ਤੈਨੂੰ ਮੁਲਾਕਾਤ ਕਰੇ ਨਾ, ਸਿਪਾਹੀ ਨੂੰ ਇਸ਼ਾਰਾ ਕੀਤਾ ਸਾ, ਸਿਪਾਹੀ ਮੰਡੇ ਮਜ਼ਲੂਮ ਇਮਾਮ ਦੇ ਸਾਰਾ ਲਤਾਸ਼ਤ ਚ ਆਇਆ, ਮੁਖਤਾਰ ਦੇ ਸਾਹਮਣੇ ਆਇਆ, ਆਦੇ ਮੁਖਤਾਰ ਪਹਿਚਾਣ ਤੰਡੇ ਇਮਾਮ ਦਾ ਸਾਰੇ, ਅੱਲਾ ਗਵਾਏ ਸੱਚੇ ਦੀਆਂ ਜ਼ੁਲਫਾਂ ਖੱਬੇ ਖੱਬੇ
ਦੀਆਂ ਸੱਜੇ ਕੱਪੀਆਂ ਰੱਗਾਂ ਤੇ ਬਾਸਾ ਦੇ ਦਾਸ ਆਦੇ ਗੁੱਠਾ ਰਾਏ ਖੁਦਾ ਦਾਸ ਤਾਂ ਸਹੀ ਤੂੰ ਕੌਣ ਹੈ ਆਵਾਜ਼ ਆਈਏ ਮਿਲਣ ਦਾ ਵਾਦਾ ਵਫਾ ਮੈਂ ਹੁਸੈਨਾ ਆਵਾਜ਼ ਆਉਂਦਾ ਮੈਂ ਅਕਬਰ ਦਾ ਬਾਬਾ ਅੱਲਾ ਗਵਾਏ ਜਿਹੜੇ ਵੱਲਾ ਪਤਾ ਲੱਗੇ ਮੈਂਡੇ ਇਮਾਮ ਕੁਛ ਗਏ ਨਾ ਇੱਕ ਮਹੀਨਾ ਤੂੰ ਤਲਵਾਰ ਖਸੀਏ ਇਰਾਦਾ ਕੀਤਾ ਜ਼ਾਲਮ ਤੇ ਹਮਲਾ ਕਰਾਂ ਦੋ ਕੜੀਆਂ ਵਾਲੇ ਹੱਥ ਮੁਖਤਾਰ ਦੀ ਕਣ ਤੇ ਆਏ ਨਾ ਆਵਾਜ਼ ਆਉਂਦਾ ਚਾਚਾ ਜੰਗ ਨਾ ਕਰੇ ਮੈਂ ਜੰਗਾਂ ਦਾ ਮੁੱਕਾ ਹੋਇਆ ਆਦੇ ਕੌਣ ਚਾਚਾ ਸੱਦਣ ਵਾਲਾ ਚਾਚਾ ਸੱਦੇ ਤਾਂ ਅਕਬਰ ਸੱਦੇ ਚਾਚਾ ਸੱਦੇ ਤਾਂ ਸਜਾਦ ਸੱਦੇ ਆਵਾਜ਼ ਆਈਏ ਚਾਚਾ ਮੈਂ ਤੁਹਾਡਾ ਭਤੀਜਾ ਸਜਾ ਮਾਲਿਕ ਇਬਾਦਤ ਕਬੂਲ।